ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ਤੇ ਪਾਕਿਸਤਾਨ ਬਾਰੇ ਮੈਂ ਵੀ ਸੰਖੇਪ ਜਿਹਾ ਚਾਨਣਾ ਪਾਉਣਾ ਚਾਹਣਾ ਜਿਹੜੇ ਲੋਕ ਉਸ ਦੇ ਇਸ ਦੌਰੇ ਦੀ ਹਮਾਇਤ ਕਰਦੇ ਉਹਨਾਂ ਨਾਲ ਵੀ ਮੈਂ ਦੋ ਗੱਲਾਂ ਕਰਨੀਆਂ ਚਾਹਣਾ ਕਿ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਪਹਿਲਾਂ ਤੇ ਉਹਦੇ ਹਮਾਇਤੀਆਂ ਨੂੰ ਉਹਦੀ ਹਮਾਇਤ ਕਰਨ ਤੋਂ ਪਹਿਲਾਂ ਇੱਕ ਗਾਣੇ ਦੀਆਂ ਦੋ ਲੈਣਾ ਸੁਣ ਲੈਣੀਆਂ ਚਾਹੀਦੀਆਂ ਸੀਗੀਆਂ ਕਿ ਇਹ ਮੇਰੇ ਵਤਨ ਕੇ ਲੋਗੋ ਜਰਾ ਅੱਖ ਮੇਂ ਭਰ ਲੋ ਪਾਣੀ ਜੋ ਸ਼ਹੀਦ ਹੋਏ ਹਨ ਉਨਕੀ ਜਰਾ ਯਾਦ ਕਰੋ ਕੁਰਬਾਨੀ ਪਾਕਿਸਤਾਨ ਨੇ ਪਿਛਲੇ 35 ਸਾਲਾਂ ਤੋਂ ਖਾਸ ਕਰਕੇ ਪੰਜਾਬ ਨੂੰ ਦਿੱਤਾ ਕੀ ਹੈ ਹਥਿਆਰ ਨਸ਼ਾ ਬੇਰੋਜ਼ਗਾਰੀ ਗਰੀਬੀ ਅਤੇ ਪੰਜਾਬ ਦੇ ਇਹਨਾਂ ਹਾਲਾਤਾਂ ਨੂੰ ਦੇਖ ਕੇ ਕੋਈ ਵੀ ਪੰਜਾਬ 'ਚ ਕੰਮ ਕਰਨ ਨੂੰ ਰਾਜ਼ੀ ਨਹੀਂ ਹੈ ਕੋਈ ਵੱਡਾ ਕਾਰੋਬਾਰੀ ਇੱਥੇ ਆਉਣ ਨੂੰ ਤਿਆਰ ਨਹੀਂ ਹੈ ਇਹਨਾਂ ਸਾਜ਼ਿਸ਼ਾਂ 'ਚ ਇਕੱਲਾ ਪਾਕਿਸਤਾਨ ਹੀ ਨਹੀਂ ਸਾਡੇ ਆਪਣੇ ਮੁਲਖ 'ਚ ਹੀ ਕਈ ਗद्दार ਬੈਠੇ ਹਨ ਲੀਡਰਾਂ ਦੇ ਰੂਪ 'ਚ ਅਫਸਰਾਂ ਦੇ ਰੂਪ ਦੇ ਵਿੱਚ ਤੇ ਸਮਗਲਰਾਂ ਦੇ ਰੂਪ ਦੇ ਵਿੱਚ ਜਿਨ੍ਹਾਂ 'ਚ ਇੱਕ ਨਾਮ ਸਿੱਧੂ ਦਾ ਵੀ ਸ਼ਾਮਲ ਹੋ ਗਿਆ ਇਹਨਾਂ ਲੋਕਾਂ ਲਈ ਤਾਂ ਮੈਂ ਹੀ ਕਹੂੰਗਾ ਕਿ ہمارا ਸਵਰਗ ਕੁਝ ਭੇਡੀਆਂ ਦਾ ਸ਼ਿਕਾਰ ਹੈ ਦੇਸ਼ ਦਰੋਹੀ ਹੀ ਕਹੂੰਗਾ ਉਹਨੇ اسی ਕੇ ਉਹ ਹਕਦਾਰ ਹਨ ਮੈਂ ਸਮਾਜ ਨੂੰ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਣਾ ਨਹੀਂ ਚਾਹੁੰਦਾ ਪਰ ਕੁਝ ਲੋਕਾਂ ਦਾ ਦੋਹਰਾ ਚਿਹਰਾ ਲੋਕਾਂ ਦੇ ਸਾਹਮਣੇ ਨਸ਼ਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦਾ ਰਹਿਣਾ ਵਾਂ 1984 ਦੇ ਦੰਗੇ ਸਭ ਨੂੰ ਯਾਦ ਹਨ ਕਿਸੇ ਦੇ ਦਿਲ ਤੋਂ ਭੁੱਲ ਨਹੀਂ ਸਕਦੇ ਕੁਝ ਘਟਿਆ ਸੋਚ ਵਾਲਿਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਕੀ ਗੱਲ ਭਾਰਤ ਦੇ ਸਾਰੇ ਹਿੰਦੂ ਮਾਰੇ ਹੋ ਗਏ ਉਹੋ ਜੀ ਸੋਚ ਵਾਲੇ ਕੁਝ ਲੋਕਾਂ ਨੇ ਹਿੰਦੂਆਂ ਦਾ ਕਤਲੇਆਮ ਕੀਤਾ ਤੇ ਕੀ ਦੁਨੀਆ ਦੇ ਸਾਰੇ ਸਿੱਖ ਮਾਰੇ ਹੋ ਗਏ ਤੇ ਜੇ ਇਸੇ ਗੱਲ ਤੇ ਹੀ ਅਮਲ ਕਰਨਾ ਤੇ ਫਿਰ ਮੁਸਲਮਾਨਾਂ ਹੱਥੋਂ ਤੇ ਭਾਰਤ ਦੇ ਕਿੰਨੇ ਗੁਰੂ ਪੀਰ ਪਗੰਬਰ ਸ਼ਹੀਦ ਹੋਏ ਆ ਫਿਰ ਮੁਸਲਮਾਨ ਤੁਹਾਡੀ ਨਜ਼ਰ 'ਚ ਚੰਗੇ ਕਿਵੇਂ ਹੋ ਸਕਦੇ ਆ ਨਾ ਹਿੰਦੂ ਬੁਰਾ ਨਾ ਮੁਸਲਮਾਨ ਬੁਰਾ ਨਾ ਸਿੱਖ ਬੁਰਾ ਕੁਝ ਲੋਕਾਂ ਦੀ ਸੋਚ ਮਾੜੀ ਹੋ ਸਕਦੀ ਆ ਪਰ ਧਰਮ ਕਦੀ ਮਾੜਾ ਨਹੀਂ ਹੋ ਸਕਦਾ ਧਰਮ ਕਦੀ ਗਲਤ ਨਹੀਂ ਹੋ ਸਕਦਾ ਮੈਂ ਤੇ ਧਰਮ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦਾ ਭਾਵੇਂ ਮੈਨੂੰ Hindu ਕਹੋ ਭਾਵੇਂ ਮੈਨੂੰ Musalman ਕਹੋ ਭਾਵੇਂ ਮੈਨੂੰ Sikh ਕਹੋ ਮੈਂ ਤੇ ਹਮੇਸ਼ਾ ਉਹ ਜਗ੍ਹਾ ਲੱਭਦਾ ਰਹਿਣਾ ਕਿ ਚੱਲ ਬੁੱਲਿਆ ਚੱਲ ਉੱਥੇ ਚਲੀਏ ਜਿੱਥੇ ਸਾਰੇ ਅੰਨੇ ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ ਪਾਕਿਸਤਾਨ ਤੇ ਉਹਦੇ ਮਿੱਤਰਾਂ ਦੇ ਸੋਲੇ ਗਾਉਣ ਤੋਂ ਪਹਿਲਾਂ ਕਦੀ ਇੱਕ ਝਾਤੇ ਵੀ ਮਾਰ ਲਓ ਕਿ ਪਾਕਿਸਤਾਨ ਨੇ ਯਾਦੀ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਚ ਰਹਿੰਦੇ ਹਿੰਦੂ ਤੇ ਸਿੱਖਾਂ ਦਾ ਹਾਲ ਕੀ ਕੀਤਾ ਆ 1947 ਦੇ ਵਿੱਚ ਪਾਕਿਸਤਾਨ ਦੇ ਵਿੱਚ 23% ਹਿੰਦੂ ਸਿੱਖ ਸੀਗੇ ਜੋ ਹੁਣ ਘਟ ਕੇ ਸਿਰਫ 1% ਰਹਿ ਗਏ ਜਾਂ ਧਰਮ ਬਦਲ ਗਏ ਜਾਂ ਦੇਸ਼ ਛੱਡ ਗਏ ਤੇ ਇਧਰ ਭਾਰਤ ਦੇ ਵਿੱਚ 1947 ਦੇ ਵਿੱਚ ਸਿਰਫ 8% ਮੁਸਲਮਾਨ ਸੀਗੇ ਜੋ ਹੁਣ ਵਧ ਕੇ 16% ਤੱਕ ਪਹੁੰਚ ਗਏ ਤੇ ਫਿਰ ਵੀ ਭਾਰਤ ਚ ਘੱਟ ਗਿਣਤੀਆਂ ਨੂੰ ਖਤਰਾ ਕਿਵੇਂ ਹੋ ਸਕਦਾ ਫਿਰ ਭਾਰਤ ਮਾਰਾ ਕਿਵੇਂ ਹੋ ਸਕਦਾ ਇਹ ਸਭ ਧਰਮਾਂ ਦਾ ਸਾਂਝਾ ਦੇਸ਼ ਹੈ ਇੱਥੇ ਹਰ ਧਰਮ ਨੂੰ ਆਪਣੀ ਰੀਤੀ ਰਿਵਾਜ ਮਨਾਉਣ ਦੀ ਇਜਾਜ਼ਤ ਹੈ ਕਿ ਗੂੰਜੇ ਕਹੀਂ ਪੇ ਸ਼ੰਖ ਕਹੀਂ ਪੇ ਆਜ਼ਾਨ ਹੈ ਬਾਈਬਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਔਰ ਗੀਤਾ ਦਾ ਗਿਆਨ ਹੈ ਦੁਨੀਆ ਮੇ ਕਹੀਂ ਔਰ ਇਹ ਮੰਜ਼ਰ ਨਹੀਂ ਨਸੀਬ ਦਿਖਾਓ ਜ਼ਮਾਨੇ ਕੋ ਇਹ ਹਿੰਦੁਸਤਾਨ ਹੈ ਹੁਣ ਗੱਲ ਕਰਦੇ ਆ ਇੱਕ ਸਵਾਰਥੀ ਅਤੇ ਗੱਦਾਰ ਨਵਜੋਤ ਸਿੰਘ ਸਿੱਧੂ ਦੀ ਜਿਹੜਾ ਲੋੜ ਪੈਣ ਤੇ ਆਪਣੇ ਲਾਲਚ ਲਈ ਦੇਸ਼ ਤਾਂ ਕੀ ਆਪਣੇ ਪਿਓ ਨੂੰ ਵੀ ਧੋਖਾ ਦੇ ਸਕਦਾ ਤੇ ਜਿਹੜਾ ਹਵਾ ਦੇ ਹਿਸਾਬ ਨਾਲ ਰੁੱਖ ਦੇ ਹਾਲਾਤ ਦੇ ਹਿਸਾਬ ਨਾਲ ਅਸੂਲ ਤੇ ਵਕਤ ਦੇ ਹਿਸਾਬ ਨਾਲ ਰਿਸ਼ਤੇ ਬਦਲਣ ਚ ਮਾਰ ਐ ਇਹ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਜੀਵਨ ਦੇ ਵਿੱਚ ਹਰ ਵੇਲੇ ਕਹਿੰਦਾ ਰਿਹਾ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਮੈਨੂੰ ਸਿਆਸਤ ਵਿੱਚ ਲੈ ਕੇ ਆਏ ਉਹ ਮੇਰੇ ਪਿਤਾ ਸਮਾਨ ਤੇ ਸਿਆਸੀ ਪਿਓ ਵੀ ਸਨ ਤੇ ਫਿਰ ਇੱਧਰ ਪਿਓ ਮਰਿਆ ਹੋਵੇ ਤੇ ਤੂੰ ਉੱਧਰ ਵਿਆਹ ਵੜਿਆ ਹੋਵੇ ਉਹ ਵੀ ਦੁਸ਼ਮਨ ਦੇਸ਼ ਦੇ ਵਿੱਚ ਹੋਇਆ ਤੇ ਫਿਰ ਗद्दार ਹੀ ਨਾ ਗੁਨਾਹ ਕਰਕੇ ਕਹਾਂ ਛਿਪੇਗਾ ਇਹ ਗਾਲਿਬ ਇਹ ਜ਼ਮੀਨ ਆਸਮਾਨ ਸਭ ਉਸੀ ਦਾ ਹੈ ਪਾਕਿਸਤਾਨ ਦਾ ਲਾ ਮਿਨਿਸਟਰ ਆਪਣੇ ਚਾਰ ਬੰਦੇ ਲੈ ਕੇ ਇੱਥੇ ਆਇਆ ਹੋਵੇ ਸ਼੍ਰੀ ਵਾਜਪਾਈ ਜੀ ਦੇ ਸੰਸਕਾਰ ਚ ਸ਼ਾਮਲ ਹੋਣ ਲਈ ਤੇ ਕਿੰਨੀ ਸ਼ਰਮ ਦੀ ਗੱਲ ਹੈ ਵਾਜਪਾਈ ਦਾ ਮੂੰਹ ਬੋਲਿਆ ਮੁੰਡਾ ਉਹਨਾਂ ਦੀ ਮੌਤ ਤੇ ਜਸ਼ਨ ਮਨਾਉਣ ਲਈ ਪਾਕਿਸਤਾਨ ਗਿਆ ਹੋਵੇ ਸਵਾਏ ਉੱਥੇ ਦੰਦ ਕੱਢਣ ਤੇ ਉੱਥੇ ਹਾਸਾ ਮਜ਼ਾਕ ਕਰਨ ਤੋਂ ਤੂੰ ਕੀਤਾ ਵੀ ਕੀ ਮਸਖਰਿਆ ਤੇ ਵਾਪਸ ਆ ਕੇ ਆਪਣੀ ਆਦਤ ਦੇ ਅਨਸਾਰ ਫਿਰ ਭੋਲੇ ਭਾਲੇ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਧਰਮ ਦੇ ਨਾਮ ਦੇ ਉੱਤੇ ਕਈ ਲੋਕ ਫਿਰ ਤੇਰੀਆਂ ਗੱਲਾਂ ਦੇ ਵਿੱਚ ਆ ਗਏ ਜਰਨਲ ਬਾਜਵਾ ਨੂੰ ਜੱਫੀ ਪਾਉਣ ਤੇ ਜਦੋਂ ਤੇਰਾ ਵਿਰੋਧ ਹੋਇਆ ਤੇ ਤੂੰ ਲੋਕਾਂ ਦੀ ਆਸਥਾ ਦਾ ਪੱਤਾ ਖੇਡਦੇ ਆ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਰਨਲ ਬਾਜਵਾ ਮੈਨੂੰ ਗੱਲ ਲਾ ਕੇ ਇਹ ਕਹਿ ਰਹੇ ਸਨ ਕਿ 550ਵੇਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੇ ਉੱਤੇ ਅਸੀਂ ਕਰਤਾਰਪੁਰ ਵਾਲਾ ਲਾਂਘਾ ਖੋਲ੍ਹਦੇ ਆਂਗੇ ਤੇ ਇਮਰਾਨ ਖਾਨ ਨਾਲ ਮੈਂ ਲਾਹੌਰ ਤੇ ਵਾਗਾ ਬਾਰਡਰ ਖੋਲਣ ਦੀ ਗੱਲ ਕੀਤੀ ਹੈ ਗੱਪੀਆਂ ਤੇ ਝੂਠਿਆ ਤੇਰੀਆਂ ਇਹਨਾਂ ਗੱਲਾਂ ਤੇ ਯਕੀਨ ਕਿਵੇਂ ਕਰੀਏ ਜਿੰਨਾ ਤੂੰ ਅੱਜ ਤੱਕ ਝੂਠ ਤੋਲਿਆ ਜੇ ਸੱਚ ਚ ਆਪਣੇ ਪਿਓ ਦਾ ਜੇ ਤੂੰ ਸੱਚ ਚ ਸੱਚਾ ਵਾ ਤੇ ਇਹ ਬਿਆਨ ਜਰਨਲ ਬਾਜਵੇ ਕੋਲੋਂ ਤੇ ইমরান ਖਾਨ ਕੋਲੋਂ ਇੱਕ ਵਾਰੀ ਦਵਾ ਤੇ ਸਾਨੂੰ ਵੀ ਪਤਾ ਲੱਗੇ ਤੇਰਾ ਉਹਨਾਂ ਦਾ ਕਿੰਨਾ ਕੁ ਨੇੜ ਹੈ ਤੇ ਤੈਨੂੰ ਉਹਨਾਂ ਦੇ ਉੱਤੇ ਕਿੰਨਾ ਕੁ ਵਿਸ਼ਵਾਸ ਹੈ ਸਿਰਫ ਗੱਲਾਂ 'ਚ ਲੋਕਾਂ ਨੂੰ ਸ਼ਦਾਈ ਬਣਾਉਣਾ ਕਿ ਮਾਨਾ ਕਿ ਤੂੰ ਗੁਫ਼ਤਗੂਕੇ ਫਨ 'ਮੇ ਮਾਹਿਰ ਹੋ ਸਿੱਧੂ ਵਫਾ ਕੇ ਲਫ਼ਜ਼ 'ਤੇ ਅਟਕੇ ਤੋ ਹਮੇ ਯਾਦ ਕਰ ਲੈਣਾ ਜੋ ਭਾਰਤ ਦੀਆਂ ਏਜੰਸੀਆਂ ਕੋਲ ਰਿਪੋਰਟ ਆਈ ਤੇਰੀਆਂ ਜਰਨਲ ਬਾਜਵੇ ਨੂੰ ਗੱਲ ਆ ਕੇ ਜੱਫੀ ਪਾਉਣ ਵਾਲੀ ਉਹ ਤੇ ਇਹ ਕਹਿ ਰਿਹਾ ਕਿ ਜਰਨਲ ਬਾਜਵੇ ਨੇ ਤੇਰੇ ਕੰਨ ਦੇ ਵਿੱਚ ਇਹ ਕਿਹਾ ਕਿ ਸਾਨੂੰ ਭਾਰਤ ਦੇ ਵਿੱਚ ਵਾਰਦਾਤਾ ਕਰ ਲਈ ਅਸਲਾ ਰੱਖਣ ਚ ਬੜੀ ਦਿੱਕਤ ਆਉਂਦੀ ਹੈ ਤੇਰੀ ਕੋਠੀ ਬਾਰਡਰ ਦੇ ਕੋਲ ਹੈ ਉਥੇ ਰਖਾ ਦਿਆ ਕਰ ਤਾਂ ਜੋ ਸਾਡੇ ਕੰਮ ਆ ਸਕੇ ਤੇਰਾ ਇੰਨਾ ਪਿਆਰ ਤੇ ਨੇੜ ਜਿੰਨਾ ਤੂੰ ਪਾਕਿਸਤਾਨ ਨਾਲ ਦੱਸਿਆ ਤੇ ਦਰਸਾਇਆ ਮੈਂ ਤੇ ਇਹ ਕਹਿਣਾ ਚਾਹੁੰਨਾ ਕਿ ਅੱਜ ਤੋਂ ਬਾਅਦ ਭਾਰਤ 'ਚ ਕੋਈ ਪਾਕਿਸਤਾਨੀ ਅਤਵਾਦੀ ਜਾਂ ਪਾਕ ਫੌਜ ਵੱਲੋਂ ਕੋਈ ਵਾਰਦਾਤ ਹੁੰਦੀ ਹੈ ਤੇ ਇਸ ਦੀ ਨਰੋਲ ਜ਼ਿੰਮੇਵਾਰੀ ਤੇਰੀ ਹੋਣੀ ਚਾਹੀਦੀ ਆ ਅਖੀਰ 'ਚ ਮੈਂ ਤੈਨੂੰ ਇਹ ਕਹਿਣ ਲੱਗਾ ਕਿ ਜਿਹੜਾ ਤੋਹਫ਼ਾ ਉਹਨਾਂ ਤੈਨੂੰ ਦੇ ਕੇ ਤੋੜਿਆ ਜੇ ਤੂੰ ਨਾਂ ਵੀ ਲੈ ਕੇ ਆਉਂਦਾ ਉਥੇ ਉਹਨਾਂ ਤੈਨੂੰ ਪਾਕਿਸਤਾਨੀ ਜੁੱਤੀਆਂ ਦਾ ਜਿਹੜਾ ਤੋਹਫ਼ਾ ਦਿੱਤਾ ਅਸਲੀ ਹੱਕਦਾਰ ਤੂੰ ਇਹਦਾ ਹੀ ਆ ਜੇ ਤੂੰ ਨਾਂ ਵੀ ਲੈ ਕੇ ਆਉਂਦਾ ਤੇ ਇਸ ਹਫਤੇ ਮੈਂ ਤੇਰਾ ਇੱਡਾ ਵੱਡਾ ਖਲਾਸਾ ਕਰਨਾ ਕਿ ਪੰਜਾਬ ਚ ਤੈਨੂੰ ਜੁੱਤੀਆਂ ਦੀ ਕਮੀ ਨਹੀਂ ਰਹਿਣੀ ਇੱਥੇ ਵੀ ਮੈਂ ਤੈਨੂੰ ਕਮੀ ਨਹੀਂ ਰਹਿਣ ਦੇਣੀ ਇਹ ਜਿਹੜਾ ਘਣਾਉਣਾ ਕੰਮ ਕੀਤਾ ਮੈਂ ਤੇਰਾ ਸ਼ੁਕਰ ਸ਼ਨੀਵਾਰ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਆਉਂਗਾ ਤੇ ਜਿਹੜੇ ਅਜੇ ਵੀ ਤੇਰੇ ਅੰਨੇ ਭਗਤ ਆ ਮੈਂ ਉਹਨਾਂ ਲਈ ਇਹੋ ਕਹਿਣਾ ਅਖੀਰ ਦੇ ਵਿੱਚ ਸਭ ਕੋ ਮਾਲੂਮ ਹੈ ਕਿ ਨਵਜੋਤ ਸਿੰਘ ਸਿੱਧੂ ਗद्दार ਹੈ ਫਿਰ ਵੀ ਉਹ ਬਹੁਤ ਸੇ ਲੰਗੂਰੋਂ ਦਾ ਸਰਦਾਰ ਹੈ